ਜਿਹੜਾ ਸੁਖਪਾਲ ਸਿੰਘ ਹੈ ਇਸਨੇ 2016-17 ਦੇ ਵਿੱਚ 2.5 ਕਿੱਲੇ ਦੇ ਵਿੱਚ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ ਸੀਗਾ ਤੇ ਉਹ ਆਪਣੇ ਛੱਪੜ ਦੇ ਵਿੱਚੋਂ ਵਧੀਆ ਆਮਦਨ ਲੈ ਰਿਹਾ ਹੈ ਤੇ ਸਰਕਾਰ ਵੱਲੋਂ ਉਸ ਨੂੰ ਜਿੰਨਾ ਉਸ ਦਾ ਖਰਚਾ ਆਉਂਦਾ ਉਸ ਤੇ 40% ਸਬਸਿਡੀ ਉਸ ਵੇਲੇ ਦਿੱਤੀ ਗਈ ਸੀਗੀ ਤੇ ਐਟ ਪ੍ਰੈਜ਼ੈਂਟ ਉਹ 2.5 ਏਕੜ ਆਪਣੀ ਜ਼ਮੀਨ ਦੇ ਵਿੱਚ ਅਤੇ 26 ਏਕੜ ਪੰਚਾਇਤੀ ਟੋਭੇ ਜਿਹੜੇ ਹੈਗੇ ਨੇ ਠੇਕੇ ਤੇ ਲੈ ਕੇ ਉਸ ਦੇ ਵਿੱਚ ਕੰਮ ਕਰ ਰਿਹਾ ਹੈ। ਤੇ ਮੇਰੀ ਹੋਰ ਕਿਸਾਨਾਂ ਨੂੰ ਵੀ ਅਪੀਲ ਹੈ ਵੀ ਉਹ ਵੀ ਜਿਹੜਾ ਮੱਛੀ ਪਾਲਣ ਦਾ ਧੰਦਾ ਅਪਣਾਉਣ ਕਿਉਂਕਿ ਇਸ ਦੇ ਵਿੱਚ ਜਿਹੜੀ ਮਾਰਕੀਟਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਮੱਛੀ ਨੂੰ ਕੋਈ ਬਿਮਾਰੀ ਵਗੈਰਾ ਵੀ ਨਹੀਂ ਪੈਂਦੀ ਹੈਗੀ ਤੇ ਇਸ ਕਰਕੇ ਇਸ ਦੇ ਵਿੱਚ ਜੇ ਉਹ ਧੰਦਾ ਅਪਣਾ ਲੈਂਦੇ ਨੇ ਤਾਂ ਉਹ ਵੱਧ ਤੋਂ ਵੱਧ ਆਮਦਨ ਕਮਾ ਸਕਦੇ ਨੇ। ਜਿਸ ਤਰ੍ਹਾਂ ਸੁਖਪਾਲ ਸਿੰਘ 1 ਲੱਖ ਰੁਪਏ ਤੋਂ 1.5 ਲੱਖ ਰੁਪਏ ਪ੍ਰਤੀ ਏਕੜ ਕਮਾ ਰਿਹਾ ਹੈ। ਜੇ ਹੋਰ ਵੀ ਜ਼ਿਮੀਂਦਾਰ ਇਸ ਕੰਮ ਨੂੰ ਕਰਦੇ ਨੇ ਤਾਂ ਉਹਨਾਂ ਨੂੰ ਆਮਦਨ ਹੋ ਸਕਦੀ ਹੈ। ਹੁਣ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਅਧੀਨ ਜੇ ਕੋਈ ਮੱਛੀ ਪਾਲਕ 2.5 ਏਕੜ ਦੇ ਰਕਬੇ ਵਿੱਚ ਮੱਛੀ ਤਲਾਬ ਬਣਾਉਂਦਾ ਹੈ ਤਾਂ ਉਸ ਨੂੰ 11 ਲੱਖ ਰੁਪਏ ਦੀ ਪ੍ਰੋਜੈਕਟ ਕਾਸਟ ਤੇ ਜਨਰਲ ਕੈਟਾਗਰੀ ਨੂੰ 40% ਅਤੇ ਔਰਤਾਂ ਅਤੇ SC/ST ਕੈਟਾਗਰੀ ਨੂੰ 60% ਸਬਸਿਡੀ ਦਿੱਤੀ ਜਾਂਦੀ ਹੈ ਤੇ ਮਹਿਕਮੇ ਵੱਲੋਂ ਹਰ ਮਹੀਨੇ 5 ਦਿਨਾਂ ਦਾ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ। ਇਸ ਦੇ ਵਿੱਚ ਕੋਈ ਵੀ ਮੱਛੀ ਪਾਲਣ ਦਾ ਚਾਹਵਾਨ ਵਿਅਕਤੀ ਆ ਕੇ ਟ੍ਰੇਨਿੰਗ ਕਰ ਸਕਦਾ ਹੈ। ਇਹ ਨਾ ਸਾਨੂੰ ਬਾਵਾ ਲੰਮਾ ਸਮਾਂ ਹੋ ਗਿਆ 10 ਤੋਂ 12 ਸਾਲ ਅਸੀਂ ਇਕੱਠੇ ਹੀ ਆ ਦੋਸਤਾਂ ਦੀ ਤੌਰ ਤੇ ਰਹਿ ਰਹੇ ਆ। ਇਹਨਾਂ ਦਾ ਮੈਂ ਦੇਖਦਾ ਰਿਹਾ ਇਹਨਾਂ ਨੇ 2016 ਚ ਪਹਿਲਾਂ ਆਪਦੀ ਮਾਲਕੀ ਜ਼ਮੀਨ ਚ 2 ਕਿੱਲੇ ਏਕੜ ਚ ਇਹਨਾਂ ਨੇ ਫਿਸ਼ ਫਾਰਮ ਪੱਟਿਆ ਸੀਗਾ ਜਿਹਦੇ ਤੋਂ ਬਾਅਦ ਇਹਨਾਂ ਦਾ ਵਧੀਆ ਚੱਲਿਆ। ਇਹ ਉਦੋਂ ਬਾਅਦ ਸਾਨੂੰ ਇਹਨਾਂ ਨੇ ਪੰਚਾਇਤ ਤੋਂ ਮੰਗ ਕਰੀ ਗੰਦਾ ਛੱਪੜ ਸੀਗਾ ਇੱਧਰ ਨਾਲ ਹੀ ਵੀ ਮੈਨੂੰ ਉਹ ਗੰਦਾ ਛੱਪੜ ਦਿੱਤਾ ਜਾਵੇ ਵੀ ਮੈਂ ਉਹਨੂੰ ਆਪ ਤਿਆਰ ਕਰਕੇ ਵੀ ਉਹ ਚ ਫਿਸ਼ ਫਾਰਮ ਬਣਾਉਣਾ ਚਾਹੁੰਦਾ ਉਹਦਾ। ਫਿਰ ਉਹ ਅਸੀਂ ਪੰਚਾਇਤ ਚ ਮਤਾ ਲੈ ਕੇ ਬਕਾਇਦਾ ਇਹਨਾਂ ਨੂੰ ਉਹ ਦੇਤਾ ਸੀਗਾ ਤੇ ਉਹ ਇਹਨਾਂ ਨੇ ਬਹੁਤ ਬਖੂਬੀ ਤਿਆਰ ਕਰਿਆ ਤੇ ਜਿਹੜਾ ਅੱਜ ਘੱਟੋ ਘੱਟ 2018 ਚ ਇਹਨਾਂ ਨੂੰ ਦਿੱਤਾ ਗਿਆ ਸੀ ਅੱਜ ਉਹਦੀ ਲੋਕੇਸ਼ਨ ਆਲੇ ਤੋਂ ਜਿੱਥੇ ਗੰਦ ਪਿਆ ਹੋਇਆ ਸੀ ਛੱਪੜ ਚ ਉਹ ਅੱਜ ਦੇਖਣ ਯੋਗ ਹੈ। ਉਹਦੇ ਆਲੇ ਦੁਆਲੇ ਬੂਟੇ ਲਾ ਕੇ ਵਿੱਚ ਆਪਦਾ ਧੰਦਾ ਵੀ ਚਲਾਇਆ ਇਹਨਾਂ ਨੇ ਫਿਸ਼ ਫਾਰਮਿੰਗ ਦਾ ਤੇ ਬਾਕੀ ਸਫਾਈ ਵੀ ਰੱਖੀ ਹੈ। ਮੈਂ 2017 ਤੋਂ 16 ਤੋਂ ਮੱਛੀ ਪਾਲਣ ਦਾ ਕੰਮ ਕਰਦਾ। ਮੈਂ ਸ਼ੁਰੂਆਤ ਜਿਹੜੀ ਕਰੀ ਸੀ 2.5 ਏਕੜ ਤੋਂ ਸ਼ੁਰੂਆਤ ਕਰੀ ਸੀ ਮੱਛੀ ਪਾਲਣ ਦੀ ਤਾਂ ਹੌਲੀ ਹੌਲੀ ਜਦੋਂ ਮੈਂ ਇਹਦੇ ਵਿੱਚ ਕੰਮ ਕਰਨ ਦੇ ਵਿੱਚ ਦੇਖਿਆ ਤਜਰਬਾ ਕਰਿਆ ਤਾਂ 2018-19 ਦੇ ਵਿੱਚ ਆ ਕੇ 4-5 ਏਕੜ ਪੰਚਾਇਤੀ ਪੌਣ ਨਾਲ ਲੱਗਦਾ ਬਿਲਕੁਲ ਤਿਆਰ ਕਰਿਆ। ਉਸ ਤੋਂ ਬਾਅਦ ਜਦੋਂ ਮੇਰਾ ਕੰਮ ਬਹੁਤ ਜ਼ਿਆਦਾ ਵਧੀਆ ਚੱਲਣ ਲੱਗ ਗਿਆ ਸਹੀ ਲੱਗਿਆ ਮੈਨੂੰ ਵੀ ਇਹ ਕਾਰੋਬਾਰ ਮੇਰਾ ਅੱਛਾ ਹੈ ਖੇਤੀਬਾੜੀ ਨੂੰ ਬਹੁਤ ਜ਼ਿਆਦਾ ਵਧੀਆ ਹੈ ਤਾਂ ਮੇਰੇ ਪਿੰਡ ਦੇ ਵਿੱਚ ਹੀ 20-22 ਤੋਂ ਏਕੜ ਤੋਂ ਉੱਪਰ ਮਤਲਬ 25 ਏਕੜ ਤੱਕ ਜਿਹੜਾ ਫਿਸ਼ ਫਾਰਮਿੰਗ ਦਾ ਪੌਣ ਸੀ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਂ ਬੇਕਾਰ ਕਰੇ ਪਏ ਸੀ ਤੇ ਕੋਈ ਡਿਸਪਿਊਟ ਵੀ ਚੱਲਦਾ ਹੋਣਾ ਇਸ ਕਰਕੇ ਗੰਦਾ ਪਾਣੀ ਵੀ ਉਹਨਾਂ ਦੇ ਵਿੱਚ ਪੈਂਦਾ ਸੀ। ਉਹ ਮੈਂ ਪਿੰਡ ਦੇ ਨਵੇਂ ਜਿਹੜੇ ਮੁੰਡੇ ਨੇ ਮੇਰੇ ਦੋਸਤ ਵੀ ਲੱਗਦੇ ਨੇ ਤੇ ਜਿਵੇਂ ਨਵੀਂ ਪੀੜ੍ਹੀ ਦੇ ਵਿੱਚੋਂ ਨੇ ਉਹਨਾਂ ਨਾਲ ਗੱਲਬਾਤ ਕਰੀ ਕਿ ਆਪਾਂ ਇਹਨਾਂ ਛੱਪੜਾਂ ਨੂੰ ਤਿਆਰ ਕਰਕੇ ਆਪਾਂ ਫਿਸ਼ ਪਾਉਣ ਦਾ ਜਿਹੜਾ ਕੰਮ ਹੈ ਫਿਸ਼ ਫਾਰਮਿੰਗ ਦਾ ਅੱਗੇ ਹੋਰ ਵਧਾਈਏ ਤਾਂ ਉਹਨਾਂ ਦੇ ਨਾਲ ਜੁੜ ਕੇ ਮੈਂ ਅਸੀਂ 2022 ਦੇ ਵਿੱਚ ਸ਼ੁਰੂਆਤ ਕੀਤੀ ਆ। ਹੁਣ 22-23 ਏਕੜ ਜਿਹੜਾ ਪੌਂਡ ਹੈ ਉਹਨਾਂ ਨੂੰ ਅਸੀਂ ਲਿਆ ਤੇ ਉਹਨਾਂ ਨੂੰ ਕਲਚਰ ਚੱਲਣ ਦੇ ਯੋਗ ਬਣਾਇਆ ਤਾਂ ਕਾਫੀ ਜ਼ਿਆਦਾ ਸਾਡਾ ਮਤਲਬ ਉੱਥੇ ਮਿਹਨਤ ਲੱਗੀ 3 ਮਹੀਨੇ ਲਗਾਤਾਰ ਅਸੀਂ ਉਹਨਾਂ ਨੂੰ ਤਿਆਰ ਤੂਰ ਕਰਦੇ ਪੇਮੈਂਟ ਵੀ ਸਾਡੀ ਕਾਫੀ ਲੱਗੀ ਤੇ ਉਹਨਾਂ ਦੇ ਵਿੱਚ ਹੁਣ ਅਸੀਂ ਨਵੇਂ ਸਿਰੇ ਤੋਂ ਕਲਚਰ ਕਰਿਆ ਤਾਂ ਸਾਡਾ ਉਹ ਵੀ ਕਲਚਰ ਬਹੁਤ ਅੱਛਾ ਚੱਲਦਾ।